ਉਸਨੇ ਮੈਨੂੰ ਮੈਸੇਜ ਕੀਤਾ, ਮੈਂ ਤੇਰਾ ਸਿਰ ਕਲਮ ਕਰ ਦਿਆਂਗਾ, ਮੈਂ ਤੈਨੂੰ ਮਾਰ ਦਿਆਂਗਾ। ਪਰੀਸਾ ਇਰਾਨ ਤੋਂ ਹਨ ਅਤੇ ਇੱਕ ਟੀਚਰ ਹਨ। ਉਹਨਾਂ ਨੇ ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਆਪਣਾ ਮੁਲਕ ਹੀ ਛੱਡ ਦਿੱਤਾ। ਉਸਨੇ ਮੇਰੀ ਬਾਂਹ ਤੇ ਗੁੱਟ ਤੱਕ ਚੀਰਾ ਲਗਾ ਦਿੱਤਾ ਕਿਉਂਕਿ ਮੇਰੀਆਂ ਬਾਹਾਂ ਟੱਕੀਆਂ ਹੋਈਆਂ ਨਹੀਂ ਸਨ। ਇੱਥੇ ਉਸਨੇ ਗਰਮ ਚਮਚੇ ਨਾਲ ਦਾਗਿਆ ਕਿਉਂਕਿ ਮੈਂ ਸਵੇਰੇ ਨਮਾਜ਼ ਲਈ ਉੱਠ ਨਹੀਂ ਸਕੀ। ਪਰੀਸਾ ਨੂੰ ਪਤੀ ਵੱਲੋਂ ਗਰਮ ਪਾਣੀ ਸੁੱਟੇ ਜਾਣ ਮਗਰੋਂ ਹਸਪਤਾਲ ਵੀ ਰਹਿਣਾ ਪਿਆ। ਜਦੋਂ ਮੈਨੂੰ ਗਰਭਵਤੀ ਹੋਣ ਦਾ ਪਤਾ ਲੱਗਿਆ ਤਾਂ ਮੈਂ ਲੜਨ ਦਾ ਫੈਸਲਾ ਕੀਤਾ। ਆਖਰ ਪਰੀਸਾ ਨੇ ਤੁਰਕੀ ਜਾਣ ਦਾ ਫੈਸਲਾ ਕਰ ਲਿਆ। ਮੈਨੂੰ ਵਟਸਐਪ ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਉਸਨੇ ਕਿਹਾ ਉਹ ਮੇਰਾ ਟਿਕਾਣਾ ਜਾਣਦਾ ਹੈ, ਧਮਕਾਇਆ ਕਿ ਉਹ ਆ ਕੇ ਮੈਨੂੰ ਵਾਪਿਸ ਇਰਾਨ ਲੈ ਜਾਵੇਗਾ। ਉਸਨੇ ਮੈਨੂੰ ਸੁਨੇਹਾ ਭੇਜਿਆ ਕਿ ਮੈਂ ਤੇਰਾ ਸਿਰ ਕਲਮ ਕਰ ਦਿਆਂਗਾ, ਮੈਂ ਤੈਨੂੰ ਮਾਰ ਦਿਆਂਗਾ, ਅਤੇ ਕਿਉਂਕਿ ਤੂੰ ਭੱਜੀ ਹੋਈ ਹੈ ਤਾਂ ਕੋਈ ਬਦਲਾ ਵੀ ਨਹੀਂ ਮੰਗੇਗਾ। ਸਾਲ 2019 ਦੇ ਇੱਕ ਅਧਿਐਨ ਮੁਤਾਬਕ ਇਰਾਨ ਵਿੱਚ ਹਰ ਸਾਲ 450 ਔਰਤਾਂ ਦਾ ਕਥਿਤ ਅਣਖ ਲਈ ਕਤਲ ਕਰ ਦਿੱਤਾ ਜਾਂਦਾ ਹੈ। ਉਹਨਾਂ ਤੇ ਪਰਿਵਾਰ ਦੀ ਬੇਇੱਜ਼ਤੀ ਦਾ ਇਲਜ਼ਾਮ ਲਗਾ ਕੇ ਕਿਸੇ ਪਰਿਵਾਰਕ ਮੈਂਬਰ ਜਾਂ ਸਾਥੀ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਅਧਿਕਾਰਤ ਅੰਕੜਿਆਂ ਦੀ ਗੈਰ ਮੌਜੂਦਗੀ ਵਿੱਚ ਕਾਰਕੁਨਾਂ ਦੇ ਦਾਅਵਿਆਂ ਮੁਤਾਬਕ ਰਿਪੋਰਟ ਕੀਤੇ ਗਏ ਕੇਸਾਂ ਵਿੱਚ ਵਾਧਾ ਹੋਇਆ। ਫਰਵਰੀ ਵਿੱਚ 17 ਸਾਲਾ ਮੋਨਾ ਦਾ ਪਤੀ ਵੱਲੋਂ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ। ਉਹ ਵੀ ਭੱਜ ਕੇ ਤੁਰਕੀ ਆਏ ਸਨ, ਪਰ ਉਹਨਾਂ ਦੇ ਪਿਤਾ ਵਾਪਸ ਇਰਾਨ ਲੈ ਗਏ। ਮੋਨਾ ਦੇ ਕਤਲ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਨੇ ਕਾਨੂੰਨ ਵਿੱਚ ਬਦਲਾਅ ਦਾ ਵਾਅਦਾ ਕੀਤਾ। ਤੁਰਕੀ ਨੇ ਪਰੀਸਾ ਦੀ ਪਨਾਹ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਦੋਂ ਤੋਂ ਘੱਟੋ ਘੱਟ 2 ਔਰਤਾਂ ਪਰਿਵਾਰਾਂ ਵੱਲੋਂ ਕਤਲ ਕੀਤੀਆਂ ਜਾ ਚੁੱਕੀਆਂ ਨੇ। ਪਰੀਸਾ ਨੂੰ ਬੱਚੇ ਸਮੇਤ ਵਾਪਸ ਇਰਾਨ ਡਿਪੋਰਟ ਕੀਤਾ ਜਾ ਰਿਹਾ ਹੈ। ਮੈਂ ਇਸ ਤਰ੍ਹਾਂ ਮਰਨਾ ਨਹੀਂ ਚਾਹੁੰਦੀ, ਮੈਂ ਸਿਰਫ ਇੱਕ ਸੁਰੱਖਿਅਤ ਭਵਿੱਖ ਅਤੇ ਆਪਣੇ ਬੱਚੇ ਲਈ ਪਛਾਣ ਚਾਹੁੰਦੀ ਹਾਂ। ਮੈਨੂੰ ਹੋਰ ਕੁਝ ਨਹੀਂ ਚਾਹੀਦਾ।